प्यारी साध संगत जी, श्री वाहिगुरु जी का खालसा, श्री वाहिगुरु जी की फतेह। संगत जी, अज आपां तुहानूं दर्शन करवाउण जा रहे हाँ गुरद्वारा कोठड़ी साहिब सुल्तानपुर लोधी विखे श्री गुरु नानक देव जी की भैन बीबी नानकी अते भाइया जी जय राम कोल रहिंदे सन। इस दौरान श्री गुरु नानक देव जी दौलत खान के मोदीखाने विच काम करते सन। उस वेले कुछ इरखालू लोगों ने नवाब दौलत खान को शिकायत की कि गुरु नानक देव जी के हिसाब विच बहुत गड़बड़िया ने अते ओहो दौलत खान की दौलत गरीबों नूं लुटा रहे हैं। दौलत खान नूं इस दी शिकायत मिलते ही ਉਹ ਗੁਰੂ ਨਾਨਕ ਦੇਵ ਜੀ ਦੇ ਭਾਈਆ ਜੈ ਰਾਮ ਨੂੰ ਲੈ ਕੇ ਉਸ ਵੇਲੇ ਦੇ ਲੇਖਾਕਾਰ ਯਾਦਵ ਰਾਏ ਦੇ ਘਰ ਪਹੁੰਚੇ। ਇਸ ਸਥਾਨ ਉੱਪਰ ਜਦ ਹਿਸਾਬ ਕੀਤਾ ਗਿਆ ਤਾਂ ਪਹਿਲੀ ਵਾਰ ਹਿਸਾਬ ਕਰਨ ਉੱਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲ 135 ਰੁਪਏ ਦਾ ਵਾਧਾ ਹੋਇਆ ਅਤੇ ਜਦ ਹਿਸਾਬ ਦੂਸਰੀ ਵਾਰ ਕੀਤਾ ਗਿਆ ਤਾਂ ਉਸ ਵਿੱਚ 360 ਰੁਪਏ ਦਾ ਵਾਧਾ ਹੋਇਆ ਅਤੇ ਤੀਸਰੀ ਵਾਰ ਹਿਸਾਬ ਕਰਨ ਉੱਤੇ ਹਿਸਾਬ ਵਿੱਚ 760 ਰੁਪਏ ਦਾ ਵਾਧਾ ਹੋਇਆ। ਬੋਲੋ ਜੀ ਵਾਹਿਗੁਰੂ ਜੀ। ਸੰਗਤ ਜੀ, ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕੋਠੜੀ ਸਾਹਿਬ ਦੇ ਇਤਿਹਾਸ ਬਾਰੇ ਅਤੇ ਉੱਥੋਂ ਦੇ ਦਰਸ਼ਨ ਤੁਸੀਂ ਕਰ ਰਹੇ ਹੋ। ਕਿਰਪਾ ਕਰਕੇ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤ ਵੀ ਦਰਸ਼ਨ ਨਾਲ ਨਾਲ ਕਰ ਸਕੇ। ਨੇਕ ਜਤਨ ਕਰੈ ਇੰਦਰੀ ਵਾਸਨਾ ਹੋਈ ਕਾਮ ਕ੍ਰੋਧ ਜਲੈ ਤੇਰਾ ਦਿਆਪੈ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ। ਹਿਸਾਬ ਕਰਨ ਤੋਂ ਬਾਅਦ ਦੌਲਤ ਖਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲੋਂ ਮਾਫ਼ੀ ਮੰਗੀ। ਜਿਸ ਸਥਾਨ ਉੱਪਰ ਇਹ ਸਾਰਾ ਹਿਸਾਬ ਕੀਤਾ ਗਿਆ ਉਹ ਉਸ ਵੇਲੇ ਲੇਖਾਕਾਰ ਯਾਦਵ ਰਾਏ ਦਾ ਘਰ ਹੁੰਦਾ ਸੀ ਜਿੱਥੇ ਅੱਜ ਗੁਰਦੁਆਰਾ ਕੋਠੜੀ ਸਾਹਿਬ ਸੁਸ਼ੋਭਿਤ ਹੈ। ਮੋਦੀਖਾਨੇ ਵਿੱਚ ਇੰਨੀ ਵੱਧਦੀ ਰਕਮ ਨੂੰ ਦੇਖ ਦੌਲਤ ਖਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਤੇ ਸ਼ੱਕ ਕਰਨ ਲਈ ਬੇਹੱਦ ਸ਼ਰਮਿੰਦਗੀ ਹੋਈ ਅਤੇ ਇਸ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਕੋਲੋਂ ਮਾਫ਼ੀ ਮੰਗਣ ਲੱਗਾ। ਸੋ ਸੰਗਤ ਜੀ, ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਹਨ ਗੁਰਦੁਆਰਾ ਕੋਠੜੀ ਸਾਹਿਬ ਸੁਲਤਾਨਪੁਰ ਲੋਧੀ। ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤ ਨਾਲ ਨਾਲ ਦਰਸ਼ਨ ਕਰ ਸਕੇ ਅਤੇ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ, ਆਪਣਾ ਯੂਟਿਊਬ ਚੈਨਲ ਸੁੱਖ ਲਾਟੀਆ ਸਬਸਕ੍ਰਾਈਬ ਕਰ ਲਿਓ। ਸੋ ਸੱਚੇ ਪਾਤਸ਼ਾਹ ਅਕਾਲਪੁਰ ਕਿਰਪਾ ਕਰਨ, ਜੋ ਜੋ ਵੀ ਵੀਡੀਓ ਦੇਖ ਰਿਹਾ ਹੈ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ।